ਕਿਆ ਮਾਰ ਗਿਆ ਤੁਸੀਂ ਲੋ ਜੀ ਬਾਬੇ ਸਵਾਦ ਆ ਤੁਹਾਡਾ ਨਵੇਂ ਵਲੋਗ ਚ। ਕੀ ਹਾਲ ਚਾਲ? ਆ ਜਾ ਤੇ ਅੱਜ ਅਸੀਂ ਆ ਗਏ ਗੋਲੂ ਹੋਣਾ ਦਾ ਚਾਰ ਪਾਉਣ। ਮੈਂ ਤੇ ਅਰਮਾਨ ਆਪਣੇ ਕੋਲ ਅੱਜ ਹੈਗਾ ਇਹ ਚੌਂਗਾ, ਆਪਾਂ ਗੋਲੂ ਹੋਣਾ ਦਾ ਚਾਰ ਪਾਉਣ ਆਏ ਦਿਖਾਉਣੇ ਤੈਨੂੰ ਕਿਵੇਂ ਚੱਲ ਪਾਵਰ ਆ ਵੀਰੇ, ਤੈਨੂੰ ਪਤਾ ਨੀ 275 ਆ ਇਹ ਪਾਵਰ ਸਟੀਅਰਿੰਗ, ਇਹ ਪਾਓ ਪਾਓ ਜੀ ਸਨੈਪ ਪਾਓ ਤੁਸੀਂ। ਡਬਲ ਡੈਰੀਆ ਨਾਲੇ ਸਵੇਰੇ ਮੀਂਹ ਪੈ ਕੇ ਹਟਿਆ। ਚਲੋ ਬਾਈ ਥੱਬੇ ਕੱਢਦੇ ਹਾਂ, ਫੋਨ ਨਹੀਂ ਚੱਕ ਰਹੇ। ਇਹ ਲੈ ਵੀ ਇਹ ਗੜੀ ਕੀ ਕਰੀ ਜਾਂਦਾ, ਇਹ ਮਾਰ ਗਿਆ ਦਲੀਪਾ ਇੱਥੇ ਮੁੰਡਿਆਂ ਦਾ। ਕਹਿੰਦੇ ਬਾਹ ਪੈ ਗਿਆ, ਗੋਲੂ ਟਲਦਾ ਫਿਰੀ ਜਾਂਦਾ, ਦੇਖੋ ਦਿਖਾਉਣਾ ਤੈਨੂੰ ਆ ਜਾਂਦਾ। ਮੈਂ ਕਿਹਾ ਥੱਬੇ ਕਢਵਾ, ਇਹ ਥੱਬੇ ਕਢਵਾਉਣ ਦਾ ਬਸ ਰੀਜਨ ਸੀਗਾ ਕੋਈ, ਨਹੀਂ ਤਾਂ ਤੈਨੂੰ ਪਤਾ ਇਹ 'ਚ ਆਹ ਮਸ਼ੀਨ 'ਚ ਤਾਂ ਥੱਬੇ ਵੱਢਣ ਦੀ ਲੋੜ ਨਹੀਂ ਨਾ ਪੈਂਦੀ। ਦੇਖੋ ਬੈ ਝੋਟਾ ਚੱਲਦਾ, ਚੱਲ ਚੱਲ ਦੇਖ ਲੈਂਦੇ ਕੋਈ ਨੀ। ਲੈ ਵੀ ਅੱਜ ਗੋਲੂ ਤੇਰੀ ਲਾਟ ਭੱਜੂ ਆ, ਗੋਲੂ ਆ ਲਾਟ ਮਾਰੇਗਾ ਅੱਜ। ਹੈਪੀ ਇਹਦਾ ਕੰਮ ਗਲਤ ਹੋ ਗਿਆ ਮੱਖਣਾ, ਕਹਿੰਦੇ ਡਬਲ ਡੈਰੀਆ ਦੇਖਦੇ ਆ ਫਿਰ। ਹਰ ਮੀਂਹ ਪੈ ਕੇ ਹਟਿਆ ਸਵੇਰੇ, ਇਹ ਲੈ ਬਈ ਇਹਦਾ ਪਾਵਰ ਹੈਗੀ ਅੱਜ। ਇਹ ਤਾਂ ਨਵਾਂ ਖੁੰਡਾ ਨਾ ਜ਼ੋਰ ਮਾਰਦਾ ਤਾਂ ਭੈਣ ਜੇ ਲਾਟ ਮਰਾਊ ਅੱਜ, ਦੁਪਹਿਰ ਹੋ ਰਹੀ ਆ। ਓਏ ਇੱਧਰ ਇੱਧਰ ਲੈ ਗਿਆ ਪੱਟ ਕੇ, ਕਹਿੰਦੇ ਮਾਰਨਾ ਚਾਹੀਦਾ ਪੰਜੇ ਲਾਏ ਹੋਏ ਨੇ। ਬਾਬਾ ਜੀ ਆਪਾਂ ਆ ਗਏ ਟਰਾਲੀ ਤਾਰਨ, ਆਹ ਕਿਹੜਾ ਗੋਲੂ ਹੋਣਾ ਵਾਲਾ 855 ਅਤੇ ਇਹ ਰਿਹਾ ਆਪਣਾ ਚਾਰ। ਦੇਖੋ ਅੱਜ ਮੀਂਹ ਪੈ ਕੇ ਹਟਿਆ, ਮਿੱਟੀ ਪੂਰੀ ਵਧੀਆ ਪਈ ਆ,
ਇੱਥੋਂ ਥੋੜ੍ਹੀ ਜਿਹੀ ਉੱਤਰ ਗਈ ਕਿਉਂਕਿ ਮੀਂਹ ਅੱਜ ਕਾਫੀ ਪੈ ਗਿਆ। ਫਿਰ ਵੀ ਚੱਲਦੇ ਆ ਮਸ਼ੀਨ ਕੋਲ ਟਰਾਲੀ ਤਾਰ ਦੀਏ, ਬੰਦੇ ਡਾਲਾ ਗੁੱਡੀ ਜਾਂਦੇ ਨੇ। ਚਲੋ ਵੀ ਚਲੋ ਚੱਲ ਬੈਗ ਬਕਵਾਸ ਨਾ ਕਰ ਮੇਰੇ ਕੋਲ, ਭੈ ਜੋ ਦੇਣਾ ਤੇਰਾ ਕੁਝ। ਅਰੇ ਗੰਜਾ ਭਈਆ ਕਿਆ ਹੋ ਗਿਆ ਯਾਰ, ਤੂੰ ਕਰਦੇ ਫਿਰ ਤੇਰਾ ਜਾ ਰਿਹਾ ਕੁਝ। ਬੰਦੇ ਆਪਾਂ ਪੰਜ ਬੈਠੇ ਆ, ਕੋਸਾ ਵਾ ਪੋਏ ਹੁਣ ਮੂਹਰੇ, ਕੋਸਾ ਵਾ ਤੂੰ ਕੋਸਾ ਵਾ, ਫੇਰ ਅਗਲਾ ਪਾਣਾ ਵੀ ਪਿੱਛੇ ਨੂੰ ਤੋਰਦਾ। ਆਪਣੇ ਕੋਸਾ ਵਾ। ਹਾਂਜੀ ਕੀ ਤੁਸੀਂ ਉੱਪਰ ਨਾ ਪਾਈ ਭੈਣ ਜੋ ਗੜੀ ਜਿਹੜੀਆਂ
ਜੇ ਮੈਂ ਆ ਗਿਆ ਨਾ ਵੀ ਯਾਰ ਤੇਰੇ ਨਾਲ ਕਰਿਆ ਕੀ ਆ ਪੰਡ ਚਾਰ ਹੀ ਡੁੱਲ ਗਈ ਬਾਈ ਪਤਾ ਤੈਨੂੰ ਕੱਟੇ ਦੇ ਕੱਕ ਗਏ ਚਲ ਬੰਦ ਕਰ ਆ ਡੁੱਲ ਹੋਰ ਗਈ ਹੁਣ ਉਸ ਪਰ ਲਿਆ ਹੱਥੂ ਆਇਆ ਚੱਲ ਦੂਰ ਕਰਕੇ ਬਣਾ ਰਿਹਾ ਫੁੱਲ ਮੈਂ ਜਮਾਨ ਹਾਂ ਡਬਲ ਡੈਰੀ ਆ ਮਾਰ ਮਾਰ ਇਹਦੇ ਮੈਂ ਕਿਹਾ ਪੰਡ ਚਾਰ ਦੀ ਡੋਲ ਸੀ ਚਾਰ ਓਏ ਡਰਾਈਵਰ ਉਹ ਆ ਦੇਖ ਤਾਂ ਲੈ ਗੋਲੂ ਆ ਦੇ ਡਰਾਈਵਰ ਆ ਦੇ ਸਾਰਾ ਚਾਰ ਆ ਦੇ ਛਾਤਰੀ ਦੇਖ ਦੇਖ ਆਏ ਗੇਰ ਅਗਲਾ ਬਣ ਦੀ ਪਿੱਛੇ ਨੂੰ ਪਤਾ ਬੋਲਦੇ ਕੁਛ ਭੈਣ ਚੋ ਸਹੀ ਆ ਸਹੀ ਆ ਰੁਕ ਜਾ ਭੈਣ ਜੀ ਛੋਟਾ ਕਰ ਲੇਰੀ ਜਾਣਦਾ ਮਿੱਤਰ ਨੀ ਦੱਸਦਾ ਇਹ ਮਸ਼ੀਨ ਦਾ ਥੱਬਾ ਲੋਡ ਨਹੀਂ ਆਇਆ ਜਿਹੜਾ ਫਸਦਾ ਕਦੇ ਪਤਾ ਨਹੀਂ ਇੱਕ ਗੇੜੇ 'ਚ ਦੋ ਦੋ ਵਾਰੀ ਵੀ ਖੜ ਜਾਂਦੀ ਹੈ ਪਤਾ ਨਹੀਂ ਕੀ ਸਿਸਟਮ ਆ ਅਤੇ ਸੈੱਟ ਵੀ ਕਰਵਾ ਲਈ ਪਰ ਫਿਰ ਵੀ ਸੈੱਟ ਨਹੀਂ ਹੋਈ ਹੈਗੀ ਦੱਸਿਓ ਬਾਈ ਜੇ ਹੱਲ ਹੋਇਆ ਇਹ ਚੀਜ਼ ਦਾ ਮੈਂ ਰੀਲ ਪਾਊਂਗਾ ਪਤਾ ਨੰਬਰ ਪਾਊਂਗਾ ਆਪਣਾ ਕੰਟੈਕਟ ਦੱਸ ਦਿਓ ਬਾਈ ਜੇ ਕੋਈ ਹੈਗਾ ਇਸ ਚੀਜ਼ ਦਾ ਹੱਲ ਕੋਈ ਦੇਖੋ ਕਿੱਥੇ ਹੱਥ ਪਾਰ ਗਿਆ ਇਹ ਪਲੇਟ ਨੇ ਸਾਰੇ ਦਿੱਬਾ ਪਲੇਟ ਚੱਲਦੇ ਨੇ ਲੋ ਜੀ ਬਾਬੇ ਉਹ ਲੱਗ ਰਿਹਾ ਗੋਲੂ ਕੰਮ ਨਿਬੜ ਗਿਆ ਡੇਢ ਕਿੱਲਾ ਸੀਗਾ ਇਹਨਾਂ ਦਾ ਸਭ ਕੁਛ ਹੋ ਗਿਆ ਡਨ ਟਰਾਲੀ ਭਰੀ ਖੜੀ ਆ ਅਤੇ ਮੈਂ ਹੁਣ ਉਹ ਟਰਾਲੀ ਭਰਾਉਣਾ ਲੋ ਜੀ ਬਾਬੇ ਕੰਮ ਨਿਬੜ ਗਿਆ ਆਪਾਂ ਚੱਲਦੇ ਹਾਂ ਘਰੇ ਹੁਣ
ਬਲੌਗ ਦਾ ਕਰਦੇ ਹਾਂ ਜੀ ਦੀ ਐਂਡ, ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ 'ਚ, ਬਾਏ ਬਾਏ।